ਵੈਰੀ ਗੁੱਡ ਆਫਟਰਨੂਨ ਸਟੂਡੈਂਟਸ ਬੇਟਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲੇ ਬਹੁਤ ਬਹੁਤ ਵਧਾਈਆਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦਾ ਪੰਜਾਬ ਪੁਲਿਸ ਹੈੱਡ ਕਨਸਟੇਬਲ ਚ ਫਾਈਨਲ ਮੈਰਿਟ ਲਿਸਟ ਚ ਨਾਮ ਆ ਗਿਆ ਬਹੁਤ ਬਹੁਤ ਵਧਾਈਆਂ ਬੇਟਾ ਤੁਹਾਨੂੰ ਵੀ ਤੇ ਤੁਹਾਡੇ ਪਰਿਵਾਰ ਨੂੰ ਵੀ ਮੇਰੀ ਤਰਫੋਂ ਵੀ ਆਪਣੇ ਮਦਰ ਫਾਦਰ ਨੂੰ ਜੀ ਉ ਵਧਾਈਆਂ ਦਿਓ ਤੇ ਬਹੁਤ ਚੰਗਾ ਹੋਇਆ ਹੁਣ ਤੁਹਾਡੀ ਜਿਹੜੀ ਫਾਈਨਲ ਸਿਲੈਕਸ਼ਨ ਹੋਗੀ ਹੁਣ ਕਾਫੀ ਰਿਜ਼ਲਟ ਆ ਚੁੱਕੇ ਹੈਗੇ ਜਿਨ੍ਹਾਂ ਬੱਚਿਆਂ ਦਾ ਪੀ ਟ੍ਰਿਪਲ ਐਸ ਵੀ ਦਾ ਜਿਹੜਾ ਪੇਪਰ ਚੰਗਾ ਹੋਇਆ ਉਹਨਾਂ ਟਾਈਪਿੰਗ ਦੀ ਵੀ ਤਿਆਰੀ ਕਰੋ ਹੁਣ ਦੋ ਕੰਮ ਜਿਹੜੇ ਪੈਂਡਿੰਗ ਰਹਿ ਗਏ ਇੱਕ ਤਾਂ ਉਹ ਇੰਟੈਲੀਜੈਂਸ ਸਿਸਟਮ ਜਿਹੜੀ ਕਨਸਟੇਬਲ ਵਾਲੀ ਉਹਦਾ ਰਿਜ਼ਲਟ ਫਾਈਨਲ ਰਹਿ ਗਿਆ ਤੇ ਇੱਕ ਜਿਹੜਾ ਵੀਡੀਓ ਹੈ ਇਹ ਰੀਓਪਨ ਹੋਣ ਨੂੰ ਰਹਿ ਗਿਆ ਤੇ ਬੇਟਾ ਹੁ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਸਾਰਾ ਕੰਮ ਜਿਹੜਾ ਹੈ ਇਹ ਹੁਣ 15 ਅਗਸਤ ਤੋਂ ਬਾਅਦ ਹੀ ਹੋਏਗਾ ਕਿਉਂਕਿ ਹੁਣ ਸਾਰੀ ਫੋਰਸ ਜਿਹੜੀ ਹੈ ਸਕਿਉਰਿਟੀ 15 ਅਗਸਤ ਦੀ ਜਿਹੜੀ ਸਕਿਉਰਿਟੀ ਵਾਸਤੇ ਜਿਹੜੀ ਆ ਉਹ ਬਿਜ਼ੀ ਹੈਗੀ ਹੈ ਤੇ 15 ਅਗਸਤ ਤੋਂ ਬਾਅਦ ਹੀ ਜਿਹੜੀ ਐ ਕੋਈ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਮੈਂ ਜਿਹੜਾ ਹੈਡ ਕਨਸਟੇਬਲ ਦਾ ਰਿਜ਼ਲਟ ਹੈ ਇੱਕ ਉਹ ਕੱਲ ਰਾਤ ਨੂੰ ਆ ਜਾਣਾ ਚਾਹੀਦਾ ਸੀਗਾ ਲੇਕਿਨ ਚਲੋ ਕੱਲ ਨਹੀਂ ਆਇਆ ਅੱਜ ਇੱਕ ਦਿਨ 10-12 ਘੰਟੇ 延迟 ਆ ਗਿਆ ਪਰ ਬਹੁਤ ਬਹੁਤ ਵਧਾਈਆਂ ਫਿਰ ਤੁਹਾਨੂੰ ਸਾਰਿਆਂ ਨੂੰ ਤੇ ਨਵੀਆਂ ਪੋਸਟਾਂ ਵੀ ਆਉਣ ਵਾਲੀਆਂ ਨੇ ਜਿਨ੍ਹਾਂ ਬੱਚਿਆਂ ਦੀ ਸਿਲੈਕਸ਼ਨ ਹੋ ਗਈ ਉਹਨਾਂ ਨੂੰ ਕੈਰੀਅਰ ਵਾਸਤੇ ਹੁਣ ਬਹੁਤ ਬਹੁਤ ਵਧਾਈਆਂ ਤੇ ਜਿਨ੍ਹਾਂ ਬੱਚੇ ਹੱਲੇ ਸਿਲੈਕਸ਼ਨ ਨਹੀਂ ਹੋਈ ਜਿਹੜੇ ਹੱਲੇ ਤਿਆਰੀ ਕਰ ਰਹੇ ਬੇਟਾ ਪੂਰਾ ਦਿਨ ਰਾਤ ਇੱਕ ਕਰਕੇ ਪੂਰੇ ਨੈਕਸਟ ਲੈਵਲ ਦੀ ਤਿਆਰੀ ਕਰੋ ਬਹੁਤ ਸਾਰੇ ਪੇਪਰ ਆਉਣ ਵਾਲੇ ਨੇ ਤੇ ਕੋਈ ਨਾ ਕੋਈ ਪੇਪਰ ਤੁਹਾਡਾ ਅਗਲੇ 6 ਮਹੀਨੇ 7 ਮਹੀਨੇ 8 ਮਹੀਨੇ ਚ ਕੋਈ ਨਾ ਕੋਈ ਪੇਪਰ ਕਲੀਅਰ ਹੋ ਜਾਊਗਾ ਬਸ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤਿਆਰੀ ਬਿਲਕੁਲ ਨਾ ਛੱਡਿਓ ਆਪਣੀ ਤਿਆਰੀ ਜਿਹੜੀ ਹੈ ਹੰਡਰਸਨ ਕਮਿਟਮੈਂਟ ਨਾਲ ਪੂਰਾ ਜੋਰ ਲਾ ਕੇ ਕਰਦੇ ਰਹੋ ਸੋ ਫਿਰ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈਆਂ ਸੋ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ ਆਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੇਟਾ